ਅਜੇ ਤੁਸੀਂ ਜੁੜੇ ਹੋਏ ਹੋ ਡ੍ਰੀਮਸ ਏਸ਼ੀਅਨ ਟੈਲੀਵਿਜ਼ਨ ਦੇ ਉੱਪਰ। ਜਿਵੇਂ ਕਿ ਤੁਸੀਂ ਦੇਖ ਰਹੇ ਜੀ, ਅੱਜ ਅਸੀਂ ਇਕੱਠੇ ਹੋਏ ਹਾਂ ਡੈਲ ਆਰ ਸੈਂਟਰ ਜੋ ਕਿ ਸਰੀ ਦੇ ਵਿੱਚ ਹੈ, ਉਹ ਜਿੱਥੇ ਕਿ ਕਿਡਸ ਪਲੇ ਵੱਲੋਂ ਅਤੇ ਨਾਲ ਹੀ ਹੋ ਰਹੀ ਜਿਹੜੇ ਸਰੀ ਦੀ ਕਮਿਊਨਿਟੀ ਵੱਲੋਂ ਇੱਕ ਬਹੁਤ ਹੀ ਵਧੀਆ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਔਰ ਸਭ ਤੋਂ ਵਧੀਆ ਗੱਲ ਹੈ ਕਿ ਇਸ ਦੇ ਵਿੱਚ ਸਾਡੇ ਹੀ ਮਾਨਯੋਗ ਕੈਲ ਦਸਾਨ ਜੀ ਵੀ ਜੁੜੇ ਹੋਏ ਨੇ, ਜੋ ਕਿ ਕਿਡਸ ਬਲੋਗ ਦੇ ਸੀਈਓ ਨੇ। ਉਹਨਾਂ ਕੋਲ ਹੀ ਜਾਣਕਾਰੀ ਲੈਂਦੇ ਹੈ ਕਿ ਅੱਜ ਦਾ ਜਿਹੜਾ ਕਬੱਡੀ ਦਾ ਇਹ ਟੂਰਨਾਮੈਂਟ ਕਿਸ ਤਰ੍ਹਾਂ ਚੱਲ ਰਿਹਾ। ਕੈਲ ਦਸਾਨ ਜੀ, ਵੈਲਕਮ ਜੀ। ਥੈਂਕ ਯੂ ਅਮਰ ਭਾਜੀ, ਆਈ ਰੀਅਲੀ ਅਪਰੀਸ਼ੀਏਟ। ਪਹਿਲਾਂ ਤਾਂ ਸਾਰਿਆਂ ਨੂੰ ਪਤਾ ਕਿ ਕਿਡਸ ਬਲੇ ਬੱਚਿਆਂ ਦੇ ਲਈ ਕੰਮ ਕਰਦੀ ਹੈ, ਜਿਹੜੇ ਯੰਗ ਟੀਨੇਜਰ ਹੈਗੇ ਨੇ ਉਹਨਾਂ ਨੂੰ ਡਰੱਗ ਤੇ ਅਵੇਅਰ ਕਰਦੀ ਹੈ। ਪਰ ਇਹ ਕਬੱਡੀ ਦਾ ਟੂਰਨਾਮੈਂਟ ਮੇਰੇ ਖਿਆਲ ਦਾ ਤੁਹਾਡਾ ਪਹਿਲੀ ਵਾਰੀ ਕਰਾਉਣ ਦਾ ਇਰਾਦਾ ਮਿਲਿਆ ਜਾਂ ਤੁਸੀਂ ਇਹਨਾਂ ਪਹਿਲੀ ਵਾਰੀ ਜੁੜੇ ਹੋ ਜੀ? ਦੇਖੋ ਭਾਈ, ਹੁਣ ਬਾਕੀ ਸਾਰੇ ਸਪੋਰਟਸ ਅਸੀਂ ਕਰਦੇ ਹਾਂ ਅਤੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਕਿ ਹੁਣ ਮੈਨੂੰ ਤਕਰੀਬਨ 20 ਸਾਲ ਹੋ ਗਏ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੂੰ, ਅਤੇ 2005 ਦੇ ਵਿੱਚ ਮੈਂ ਬੱਚਿਆਂ ਵਾਸਤੇ ਪ੍ਰੋਗਰਾਮ ਤਿਆਰ ਕਰਨ ਲੱਗਾ ਸੀ ਬੈਂਕੋਕ ਪੁਲਿਸ ਡਿਪਾਰਟਮੈਂਟ ਲਈ ਸੌਕਰ ਅਤੇ ਬਾਸਕਟਬਾਲ ਦੇ ਵਿੱਚ, ਕਿਉਂਕਿ ਮੈਂ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਿਆ ਜਾਵੇ, ਖਾਸ ਕਰਕੇ ਜਿਹੜੇ ਬੱਚਿਆਂ ਨੂੰ ਕਦੇ ਓਪਰਚੁਨਿਟੀ ਦਿੱਤੀ ਨਹੀਂ ਗਈ, ਅਤੇ ਉਹ ਬੱਚੇ ਸਪੋਰਟਸ ਨਾਲ ਜੁੜ ਕੇ ਅਤੇ ਮਾੜੇ ਕੰਮਾਂ ਕੋਲੋਂ ਦੂਰ ਰਹਿੰਦੇ ਆ ਅਤੇ ਮਾੜੀ ਸੰਗਤ ਕੋਲੋਂ ਦੂਰ ਰਹਿੰਦੇ ਆ, ਅਤੇ ਉਸ ਹੀ ਸੋਚ ਦੇ ਨਾਲ ਅਸੀਂ ਵੱਖਰੇ ਵੱਖਰੇ ਸਪੋਰਟਸ ਵੀ ਜੋੜਨ ਲੱਗ ਪਏ। ਕ੍ਰਿਕਟ ਜੋੜੀ ਆ, ਰੈਸਲਿੰਗ ਜੋੜੀ ਆ, ਅਸੀਂ ਹੋਰ ਵੀ ਸਪੋਰਟਸ ਜੋੜੇ ਆ, ਪਰ ਕਬੱਡੀ ਵਿੱਚ ਮੈਂ ਤੈਨੂੰ ਪੈਰ ਰੱਖਣ ਲਈ ਤਿਆਰ ਸੀ, ਮੈਂ ਤੁਹਾਨੂੰ ਆਨਸ ਦੱਸਦਾ ਇਸ ਕਰਕੇ ਕਿਉਂਕਿ ਕਬੱਡੀ ਨਾਲ ਬਹੁਤ ਨੈਗੇਟਿਵ ਕਨੋਟੇਸ਼ਨਸ ਵੀ ਜੁੜੀਆਂ ਹੋਈਆਂ ਆ, ਡਰੱਗ ਜੁੜੇ ਹੋਏ ਆ, ਗੈਂਗ ਜੁੜੇ ਹੋਏ ਆ, ਰਾਈਟ, ਬਹੁਤ ਨੈਗੇਟਿਵ ਚੀਜ਼ਾਂ ਜੁੜੀਆਂ ਹੋਈਆਂ। ਪਰ ਮੈਂ ਆਪਣੇ ਆਪ ਨੂੰ ਇਹ ਵੀ ਸੋਚਿਆ ਕਿ ਜਿਹੜੀ ਆਪਣੀ ਮਾਂ ਖੇਡੇ ਆ, ਇਹੀ ਗੇਮ ਮੈਂ ਛੋਟੇ ਹੁੰਦੇ ਖੇਡਦਾ ਹੁੰਦਾ ਸੀ, ਅਤੇ ਮੇਰੇ ਮਾਮਾ ਜੀ ਵੀ ਖੇਡਦੇ ਹੁੰਦੇ ਸੀ, ਅਤੇ ਜਿਹੜੀ ਗੇਮ ਆ, ਗੇਮ ਪਵਿੱਤਰ ਆ, ਅਤੇ ਕਿਉਂ ਨਾ ਹੋਵੇ ਕਿ ਬੱਚਿਆਂ ਨੂੰ ਇਸ ਗੇਮ ਨਾਲ ਜੋੜੀਏ ਅਤੇ ਇੱਕ ਸਾਫ਼ ਸੁਥਰੀ ਇਨਵਾਇਰਮੈਂਟ ਅਸੀਂ ਕ੍ਰੀਏਟ ਕਰੀਏ ਜਿਹਦੇ ਵਿੱਚ ਬੱਚੇ ਖੇਡ ਸਕਦੇ ਬੇਫਿਕਰ ਹੋ ਕੇ। ਸੋ ਜਿਸ ਸਮੇਂ ਅਸੀਂ ਕਬੱਡੀ ਵਾਸਤੇ ਪ੍ਰੋਗਰਾਮ ਤਿਆਰ ਕੀਤੇ ਆ, ਹੁਣ ਪਿਛਲੇ ਸਾਲ ਅਸੀਂ ਕਬੱਡੀ ਦਾ ਪਹਿਲਾ ਵਰਲਡ ਕੱਪ ਤਿਆਰ ਕੀਤਾ ਆ, ਬਹੁਤ ਸੋਹਣਾ ਰਿਸਪਾਂਸ ਮਿਲਿਆ ਕਮਿਊਨਿਟੀ ਤੋਂ, ਬਹੁਤ ਜ਼ਿਆਦਾ ਹੀ ਬੱਚੇ ਉੱਥੇ ਪਹੁੰਚੇ ਲੋਕਲੀ, ਇੱਥੇ ਵੈਨਕੂਵਰ ਤੋਂ, ਓਂਟੇਰੀਓ ਤੋਂ, ਕੈਲੀਫੋਰਨੀਆ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਇੰਡੀਆ ਤੋਂ, ਰਾਈਟ। ਸੋ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਇੰਨੀ ਦੁਨੀਆ ਇੱਥੇ ਪਹੁੰਚੀ ਹੋਈ ਆ। ਪਰ ਤੁਸੀਂ ਦੇਖ ਲਓ ਹੁਣ ਪਿਛਲੇ ਸਾਲ ਨਾਲ ਕੰਪੇਅਰ ਕਰਕੇ ਹੁਣ ਤੱਕ ਇਸ ਸਾਲ ਬਹੁਤ ਤਕੜਾ ਹਰਗਾਬਾ ਸਾਨੂੰ ਮਿਲਿਆ ਕਮਿਊਨਿਟੀ ਤੋਂ, ਅਤੇ ਇਹੀ ਸਾਨੂੰ ਆਸ ਹੈ ਕਿ ਹਰੇਕ ਸਾਲ ਇੱਦਾਂ ਵਧੀ ਜਾਵੇ। ਜੇ ਹੁਣ ਮਿਲੀ ਜਾਵੇ, ਜੇ ਕਬੱਡੀ ਦੀ ਗੱਲ ਕਰਦੇ ਆ, ਤੁਸੀਂ ਹੁਣੇ ਜ਼ਿਕਰ ਕੀਤਾ ਕਿ ਬਹੁਤ ਇੰਟਰਨੈਸ਼ਨਲ, ਪਰ ਇਹ ਜਿਹੜੀ ਆ ਪਿੱਛੇ ਖੇਡ ਰਹੇ ਨੇ ਆਪਣੇ ਕਬੱਡੀ ਦੇ ਪਲੇਅਰ, ਇਹ ਸਾਡੇ ਲੋਕਲ ਹੈਗੇ ਨੇ ਕਬੱਡੀ ਦੇ ਪਲੇਅਰ ਜਾਂ ਬਾਹਰੋਂ ਇਹ ਆਏ ਹੋਏ ਨੇ ਜੀ? ਨਹੀਂ ਭਾਜੀ, ਇੱਕ ਤਾਂ ਟੀਮ ਈਸਟ ਓਂਟੇਰੀਓ ਦੀ ਆ, ਈਸਟ ਆ ਕੈਨੇਡਾ ਦੀ, ਇੱਕ ਟੀਮ ਇੱਥੇ ਕੈਲੀਫੋਰਨੀਆ ਤੋਂ ਆਈ ਹੋਈ। ਅਸੀਂ ਕਹਿ ਸਕਦੇ ਕਿ ਅਮਰੀਕਾ ਤੋਂ ਟੀਮ ਆਈ ਹੋਈ ਹੈ, ਓਂਟੇਰੀਓ ਦੀ ਟੀਮ ਆਈ ਹੈ, ਅਤੇ ਨਾਲ ਹੀ ਸਾਡੇ ਸਰੀ ਦੇ ਵਿੱਚੋਂ। ਕਹਿੰਦੇ ਸਨ ਕਿ ਤੁਹਾਨੂੰ ਕਦੀ ਕਬੱਡੀ ਖੇਡਣ ਦਾ ਮੌਕਾ ਮਿਲਿਆ ਜੀ? ਨਹੀਂ ਨਹੀਂ, ਮੈਂ ਟੂਰਨਾਮੈਂਟ ਵਿੱਚ ਖੇਡਿਆ ਭਾਜੀ, ਹਾਂਜੀ, ਖਨਾਓ, ਵਿਲੀਅਮਸ ਲੇਕ, ਪ੍ਰਿੰਸ ਜੋਰਜ, ਵੈਨਕੂਵਰ, ਸਾਰੇ ਪਾਸੇ ਮੈਂ ਖੇਡਿਆ ਹੋਇਆ, ਅਤੇ ਇਸ ਗੱਲ ਨੂੰ ਤਕਰੀਬਨ 15 ਸਾਲ ਹੋ ਗਏ, ਅਤੇ ਉਸ ਸਮੇਂ ਦੇ ਵਿੱਚ ਕਹਿਣ ਦਾ ਮਤਲਬ ਇਹ ਆ ਕਿ ਬੜੀ ਖੁਸ਼ੀ ਹੁੰਦੀ ਸੀ ਖੇਡ ਕੇ, ਕਿਉਂਕਿ ਆਪਣੀ ਮਾਂ ਸਪੋਰਟ ਹੈ, ਪੰਜਾਬ ਦੀ ਸਪੋਰਟ ਹੈ, ਅਤੇ ਆਪਣੇ ਕਲਚਰ ਨਾਲ ਜੁੜ ਕੇ ਬੜੀ ਖੁਸ਼ੀ ਹੁੰਦੀ ਹੈ। ਉਸ ਹੀ ਸੋਚ ਦੇ ਨਾਲ ਮੈਂ ਮੰਗਦਾ ਕਿ ਬੱਚੇ ਆਪਣੇ ਕਲਚਰ ਨਾਲ ਜੁੜਨ, ਖਾਸ ਕਰਕੇ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਕਿ ਕਿਸ ਪਲੇਸ ਦੇ ਕੰਮ ਲਈ ਕੰਮ ਕਰ ਰਹੇ ਹੈਗੇ ਨੇ ਕੈਲ ਦਸਾਂ ਜੀ, ਕਿਉਂਕਿ ਸਰੀ ਦੀ ਕਮਿਊਨਿਟੀ ਲਈ ਬੱਚਿਆਂ ਦੇ ਲਈ, ਪਰ ਇਸ ਦੇ ਵਿੱਚ ਜਿਹੜੀਆਂ ਵੀ ਟੀਮਾਂ ਵਿਨ ਹੋਈਆਂ ਉਹਨਾਂ ਨੂੰ ਅੱਜ ਕੀ ਯੋਗਦਾਨ ਪਾਇਆ ਜਾਏਗਾ, ਉਹਨਾਂ ਨੂੰ ਕੀ ਜਿਹੜੇ ਅਵਾਰਡ ਸੈਰੇਮਨੀ ਕਦੋਂ ਹੋ ਰਹੀ ਹੈ ਜੀ? ਤੁਸੀਂ ਦੇਖ ਲਓ ਭਾਜੀ, ਜਿਹੜੀ ਵਿਨਿੰਗ ਟੀਮ ਆ, ਵਿਨਿੰਗ ਟੀਮ ਨੂੰ $5,000 ਪ੍ਰਾਈਜ਼ ਰੱਖਿਆ ਹੋਇਆ, ਅਤੇ ਜਿਹੜੀ ਹਰੇਕ ਟੀਮ ਇੱਥੇ ਪਹੁੰਚੀ ਹੋਈ ਆ, ਅਸੀਂ ਉਹਨਾਂ ਵਾਸਤੇ $1,000 ਦਾ ਬੰਦੋਬਸਤ ਕੀਤਾ ਹੋਇਆ ਹੈ। ਅੱਜ ਸਾਰੀਆਂ ਟਰਾਫੀਆਂ ਤੁਹਾਡੇ ਸਾਹਮਣੇ ਪਈਆਂ, ਸਾਰੇ ਬੱਚਿਆਂ ਨੂੰ ਟਰੋਫੀਆਂ ਮਿਲਣਗੀਆਂ, ਸਾਰੇ ਬੱਚਿਆਂ ਨੂੰ ਮੈਡਲ ਮਿਲਣਗੇ, ਸਾਰੇ ਬੱਚਿਆਂ ਨੂੰ ਸਰਟੀਫਿਕੇਟ ਮਿਲਣਗੇ। ਕਹਿਣ ਦਾ ਮਤਲਬ ਹੈ ਕਿ ਅਸੀਂ ਪੂਰਾ ਬੰਦੋਬਸਤ ਖਾਸ ਕਰਕੇ ਨਾਲ ਹੀ ਕੀਤਾ ਹੋਇਆ, ਰਾਈਟ। ਹੁਣ ਤੁਸੀਂ ਦੇਖ ਲਓ, ਜਿਹੜੇ ਵੱਡੇ ਫੈਡਰੇਸ਼ਨ ਜਿਹੜੇ ਟੂਰਨਾਮੈਂਟ
ਟੂਰਨਾਮੈਂਟ ਰਨ ਕਰਦੇ ਆ, ਕਾਫੀ ਤਕੜਾ ਹੰਗਾਮਾ ਕਮਿਊਨਿਟੀ ਤੋਂ ਮਿਲਦਾ ਆ ਤੇ ਉੱਥੇ ਪਲੇਅਰਾਂ ਨੂੰ ਪੇ ਮਿਲਦੀ ਆ ਰਾਈਟ। ਪਰ ਇੱਥੇ ਤੁਸੀਂ ਦੇਖ ਲਓ ਇੱਥੇ ਬਿਲਕੁਲ ਫ੍ਰੀ ਟੂਰਨਾਮੈਂਟ ਰੱਖਿਆ ਹੋਇਆ, ਕਿਸੇ ਨੂੰ ਕੋਈ ਖਰਚਾ ਨਹੀਂ, ਕੋਈ ਟਿਕਟ ਨਹੀਂ ਰੱਖਿਆ ਹੋਇਆ ਤੇ ਬੱਚਿਆਂ ਨੂੰ ਤੇ ਜਿਹੜੇ ਆਡੀਅੰਸ ਆ ਜਿਹੜੀ ਪਬਲਿਕ ਆ ਉਹਨਾਂ ਸਿਰਫ ਇੱਥੇ ਪਹੁੰਚਣ ਦੀ ਲੋੜ ਆ ਦੱਸ। ਬਿਲਕੁਲ ਜੀ, ਜਿਵੇਂ ਕਿ ਹੁਣ ਇਹਨਾਂ ਨੇ ਮੈਂਸ਼ਨ ਕੀਤਾ ਕਿ ਜਿੰਨੀ ਵੀ ਟੀਮ ਖੇਡ ਰਹੀਆਂ ਨੇ ਜਿਹੜੀ ਵਿਨਿੰਗ ਟੀਮ ਉਹਨੂੰ 5,000 ਤੋਂ ਉੱਪਰ ਜਿਹੜਾ ਇਨਾਮ ਦਿੱਤੇ ਜਾਣਗੇ, ਹੋਰ ਵੀ $1,000 ਦੇ ਇੱਥੇ ਜਿਹੜੇ ਇਨਾਮ ਹੈ ਉਹ ਤੁਸੀਂ ਸਾਡੇ ਵੀਡੀਓ ਵਿੱਚ ਬਾਅਦ ਚੋਂ ਦੇਖ ਵੀ ਸਕਦੇ ਹੋ। ਹੋਰ ਕਹਿ ਦਿਓ ਸਾਂਝੀ, ਤੁਸੀਂ ਐਂਡ ਵਿੱਚ ਕੀ ਕਹਿਣਾ ਚਾਹੋਗੇ, ਜਿਹੜੀ ਸਰੀ ਦੀ ਕਮਿਊਨਿਟੀ ਹੈ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਭਾਈ ਪਹਿਲੀ ਗੱਲ ਹੈ ਮੈਂ ਡ੍ਰੀਮਸ ਰੇਡੀਓ ਦਾ ਸ਼ੁਕਰਗੁਜ਼ਾਰ ਹਾਂ, ਤੁਸੀਂ ਹਮੇਸ਼ਾ ਹੀ ਸਾਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਆ ਤੇ ਬਾਕੀ ਮੀਡੀਆ ਦੀ ਵੀ ਮੇਰੀ ਇਹੀ ਆਸ ਆ ਕਿ ਤੁਸੀਂ ਸਾਡੇ ਨਾਲ ਜੁੜੋ, ਕਿਉਂਕਿ ਜੇ ਅਸੀਂ ਆਪਣੇ ਸ਼ਰਧਾ ਦੇ ਨਾਲ ਕਮਿਊਨਿਟੀ ਲਈ ਕੰਮ ਕਰ ਰਹੇ ਹਾਂ, ਤੁਸੀਂ ਦੋ ਗੱਲਾਂ ਕਿਡਸ ਲਈ ਬਾਰੇ, ਪਹਿਲੀ ਗੱਲ ਹੈ ਸਾਡੇ ਸਾਰੇ ਪ੍ਰੋਗਰਾਮ ਬਿਲਕੁਲ ਫ੍ਰੀ ਹੈ, ਦੂਜੀ ਗੱਲ ਅਸੀਂ ਸਾਰੇ ਵਾਲੰਟੀਅਰ ਆ, ਕਿਸੇ ਨੂੰ ਕੋਈ ਪੇ ਨਹੀਂ ਮੇਰੇ। ਜੇ ਅਸੀਂ ਆਪਣਾ ਟਾਈਮ ਕੱਢ ਕੇ ਅਸੀਂ ਆਪਣੀ ਅਸਲੀ ਸੇਵਾ ਕਰ ਸਕਦੇ ਕਮਿਊਨਿਟੀ ਲਈ ਤੇ ਫਿਰ ਮੀਡੀਆ ਦੀ ਵੀ ਰਿਸਪੋਂਸਿਬਿਲਟੀ ਬਣਦੀ ਹੈ ਕਿ ਸਾਡੇ ਨਾਲ ਜੁੜ ਕੇ ਤੇ ਅਸੀਂ ਬੱਚਿਆਂ ਨੂੰ ਪ੍ਰਮੋਟ ਕਰੀਏ, ਜਿਹੜਾ ਤੁਸੀਂ ਹਮੇਸ਼ਾ ਹੀ ਪਹੁੰਚਦੇ ਆ, ਤੁਹਾਡਾ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਥੈਂਕ ਯੂ ਕਹਿ ਦਿਓ ਸਾਂਝੀ, ਸ਼ੁਕਰੀਆ ਤੁਹਾਡਾ ਜੀ। ਥੈਂਕ ਯੂ ਅਮਰ ਭਾਈ, ਚਲੋ ਸਿਮਰਨ ਸਿੰਘ ਪਾ ਕਬੱਡੀ, ਆਹ ਮੁੰਡੇ ਦੇ ਨਾਂ ਦੇ ਕਰਾਂ ਤਾੜੀਆਂ ਜ਼ੋਰਦਾਰ ਮੁੜੋ, ਮੈਨੂੰ ਲੱਗਦਾ ਫਿਰ ਡਬਲ ਡਬਲ ਕਬੱਡੀਆਂ ਪਾ ਕੇ ਮੁੰਡਾ ਚਾਸ ਪੈਦਾ ਕਰਦਾ ਆ ਤਾਂ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਸਾਈਡ ਦੇ ਸਾਹਮਣੇ ਤੱਕਦੇ ਸਿੱਖ ਸਰਦਾਰ ਹਰਮਨ ਜੀ ਤੋਂ ਗੋਲਡ ਅਕਲਣ ਦੀ ਗੱਲ ਕਰਦਾ, ਪਰ ਮੁੰਡਾ ਕਹਿੰਦੇ ਹੱਥ ਨਹੀਂ ਆਉਂਦਾ, ਹਵਾ ਹਵਾਈ ਹਵਾ ਹਵਾਈ ਹੁੰਦਾ ਹੋਇਆ ਕਾਂਡ ਧਾਵੀ ਰੇਸੇ ਗੁੜਦਾ ਆ। ਚਲੋ ਗੁਰੂ ਗੱਪਾ ਰੀਮਨ ਸੰਘਾ ਸਮੇਂ ਖੇਡ ਮੈਦਾਨ ਕਬੱਡੀ ਪਾਉਣ ਵਾਸਤੇ ਵੱਧ ਆਇਆ, ਹੁਣੇ ਨੇ ਸੱਜੇ ਪਰਦੇ ਦੋ ਥਾਪੀਆਂ ਮਾਰੀਆਂ ਤੇ ਮਾਰਦਾ ਪਰਦੇ ਥਾਪੀ ਧਮਕ ਸਮਾਨ ਦਿੰਦੀ ਹੈ, ਕਹਿੰਡ ਢਾਵੀ ਦੇ ਸੇ ਗੁੜ ਰਹਾ ਹੈ, ਸਮਾਨਾਂ ਤੱਕ ਧਮਕ ਥਾਪੀਆਂ ਦੀ ਜਾਂਦੀ ਹੈ। ਚੱਲ ਗੁਰੂ ਗੱਪਾ ਫਿਰ ਸਿਮਰਨ ਕਬੱਡੀ ਪਾਉਣ ਵਾਸਤੇ ਵੱਧ ਆਇਆ, ਆ ਕਹਿੰਦੇ ਕਬੱਡੀ ਮੁੰਡਾ ਲਗਾਤਾਰ ਕਬੱਡੀਆਂ ਪਾਉਂਦਾ ਹੋਇਆ ਅੰਡਰ 20 ਸਾਲ ਦਾ ਵਰਲਡ ਕਬੱਡੀ ਕੱਪ ਫਿਰ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਤਾਂ ਉਹ ਸਾਡੇ ਸਾਂਭੀ ਬ੍ਰਦਰ ਵੀ ਪੁੱਜੇ ਹੈ ਨਾਲ ਸਣੀ ਗਰੇਵਾਲ ਮੇਰਾ ਵੀਰ ਦੁਨੀਆ ਦੇ ਵੱਡਾ ਨਾਮ ਲਓ ਦੋ ਨੰਬਰ ਤੋਂ ਮੁੰਡੇ ਨੇ ਕਹਿੰਦੇ ਖੁਦ ਭਰਨੀ ਹੈ ਲੱਗੀ ਕੈਂਚੀ ਦਾ ਸੈਂਟਰ ਜੇਲ ਹੁੰਦੀ ਹੈ ਬਗਾਨੇ ਤੋਂ ਤੇ ਤਰ੍ਹਾਂ ਵੇਲ ਸੁੱਟਦੇ ਜਿੱਦਾਂ ਚੰਗਲੇ ਤੇ ਰੋਟੀ ਵੇਲ ਹੁੰਦੀ ਹੈ। ਜੋਤੀ ਸਵਰਾ ਜੀ ਵਿਸ਼ੇਸ਼ ਤੌਰ ਤੇ ਪੁੱਜੇ, ਧੰਨਵਾਦ ਹੈ। ਹਰਜੋਤ ਖਜੂਰਲੇ ਨੇ ਕਹਿੰਦੇ ਤਕੜਾ ਜਿਹਾ ਭਰਿਆ ਹੈ। ਚਲੋ ਗੁਰ ਗੱਪਾ ਅਗਲੀ ਕਬੱਡੀ ਲਓ, ਅਗਲੀ ਕਬੱਡੀ ਚੱਕਦੇ ਖੇਡ ਮੈਦਾਨ ਦੇ ਵਿੱਚ ਗੁਰੀ ਬੱਲੇ ਵਾਲਾ ਕਬੱਡੀ ਪਾਉਣ ਵਾਸਤੇ ਵਧਿਆ, ਉੱਪਰ ਪੁਆਇੰਟ ਢਾਬੀ ਦੇ ਸੇ ਜੁੜ ਰਿਹਾ ਹੈ ਪੁਆਇੰਟ ਰੇਡਰ ਦਾ। ਚਲੋ ਗੁਰ ਗੱਪਾ ਫਿਰ ਕਬੱਡੀ ਲਓ, ਸਮਰਨ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਹੈ ਖੇਡ ਮੈਦਾਨ ਦੇ ਵਿੱਚ। ਸਿਰੇ ਦਾ ਮੈਚ 30 ਸੈਕਿੰਡ ਦੀ ਖੇਡ ਕਬੱਡੀ ਗੁਰਵੀਰ ਸਿੱਧੂ ਕਬੱਡੀ ਪਾ ਰਿਹਾ ਤੇ 30 ਸੈਕਿੰਡ ਦੀ ਖੇਡ ਕਬੱਡੀ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਸਿੰਘਪੁਰੀਆ ਰਾਣਿਆਂ ਬਜ਼ੁਰਗਾਂ ਖੇਡ ਮੈਦਾਨਾਂ ਵਿੱਚੋਂ ਲੱਭੀ ਤੇ 30 ਸੈਕਿੰਡ ਦੀ ਖੇਡ ਕਬੱਡੀ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਲਾਓ ਹਰਜੋਤ ਐਸਵੇ ਫਿਰ ਲਾ ਤਕੜਾ ਜੋਫਾ ਤੇ ਪੁਆਇੰਟ ਯਾਫੀ ਦੇ ਸੇ ਜੁੜਦਾ ਲਗਾਤਾਰ ਦੂਜਾ ਜੋਫਾ। ਚਲੋ ਗੁਰੂ ਗੱਪਾ ਕਬੱਡੀ ਲਓ, ਆ ਗਿਆ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਫਿਰ ਸਿਰੇ ਦੀ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਇਹ ਰਣਜੀਤ ਗੁਰਵੀਰ ਰਣਜੀਤ ਤੇ ਗੁਰਵੀਰ ਸਿੱਧੂ ਨਾਲ ਸਾਹਮਣੇ ਹੋ ਗਈ ਟਾਕਰਾ, ਪਰ ਪੁਆਇੰਟ ਕਹਿੰਦੇ ਰਣਜੀਤ ਹਜੇ ਗੜੀ ਆਪਣੀ ਟੀਮ ਦੇ ਇੱਥੇ ਜੋੜ ਆਇਆ। ਚਾਲੋ ਗੁਰੂ ਗੱਪਾ ਕਬੱਡੀ ਲਓ, ਸਿਮਰਨ ਫਿਰ ਕਬੱਡੀ ਪਾਉਣ ਵਾਸਤੇ ਵੱਧ ਗਿਆ ਤੇ ਆਉਂਦਾ ਹੈ ਪੰਜਾਬੀਆਂ ਨੂੰ ਸਵਾਦ ਕਬੱਡੀ ਦੇ ਕੇ ਪਾਉਂਦਾ ਜਦੋਂ ਰੇੜ ਧਾਵੀ ਮੱਥਾ ਟੇਕ ਕੇ ਲੱਗ ਜਾਂਦਾ ਜੱਫਾ ਤੇ ਪੰਜਾਬੀ ਕਹਿੰਦੇ ਨੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ, ਗੱਲ 16-7 ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ, ਗੱਲ 16-7 ਮਿੱਤਰੋ ਲਓ। ਗੈਰੀ ਧਾਮੀ ਇਸ ਸਮੇਂ ਖੇਡ ਮੈਦਾਨ ਕਬੱਡੀ ਪਾ ਰਿਹਾ ਹੈ, ਗੈਰੀ ਧਾਮੀ ਤੇ ਸਿੱਪੀ ਨੇ ਟਰਾਈ ਕੀਤੀ ਹੈ, ਇੱਕ ਸਿੱਪੀ ਖੀਰਾ ਬਾਲਦਾ ਇੱਕ ਸਿੱਪੀ ਆਹ ਵਜ ਨੇ ਟਰਾਈ ਕੀਤੀ ਹੈ ਪੁਆਇੰਟ ਧਾਵੀ ਦਾ। ਚਲੋ ਸਿਮਰਨ ਪਾ ਕਬੱਡੀ, ਆਹ ਮੁੰਡੇ ਦੇ ਹੌਸਲੇ ਲਈ ਇੱਕ ਰਾਤ ਤਾੜੀ ਜੋੜ ਦੇਣੀ ਮਾਰ ਦੋ, ਆਹ ਮੁੰਡੇ ਦੇ ਹੌਸਲੇ ਲਈ ਜੋੜ ਦੇਣੀ ਤਾੜੀ ਮਾਰ ਦੋ ਖੇਡ ਮੈਦਾਨ ਸਿਮਰਨ ਕਬੱਡੀ ਪਾਉਣ ਵਾਸਤੇ ਵਧਿਆ ਹੈ। ਸਿਮਰਨ ਦੀ ਪਈ ਹੋਈ ਕਬੱਡੀ, ਚਾਰ ਜਾਫੀ ਖੜੇ ਹੈ, ਚੌਹਾਂ ਭਰਾਵਾਂ ਦੀ ਘੁੰਮਦੀ ਚੈਨ ਤੇ ਉੱਧਰ ਸਾਡੇ ਬਹੁਤ ਸਤਿਕਾਰਯੋਗ ਰੂਪੀ ਧਾਲੀਵਾਲ ਜੀ ਵੱਡੇ ਫੈਸਲੇ ਕਰਦੇ ਹੈ। ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਆਇਆ ਪੁਆਇੰਟ ਜਾਫੀ ਦਾ। ਚਾਲੋ ਗੁਰੂ ਦਾ ਰੇਮਨ ਸੰਘਾ ਇਸ ਸਮੇਂ ਖੇਡ ਮੈਦਾਨ ਕਬੱਡੀ ਪਾ ਰਿਹਾ, ਇੱਕ ਯਾਦਵਿੰਦਰ ਸੰਘਾ ਕਬੱਡੀ ਖੇਡਿਆ ਇੱਕ ਜਾਂਦਲ ਸੰਘਾ ਕਬੱਡੀ ਖੇਡਦਾ ਤੇ ਆਹ ਮੁੰਡਾ ਕਹਿੰਦੇ ਰੇਮਨ ਸੰਘਾ ਇਸ ਸਮੇਂ ਗੁਰਵੀਰ ਸਿੱਧੂ ਸਿੱਧੂਆਂ ਦਾ ਪੁੱਤ ਡੱਕ ਲੈਣ ਦੀ ਗੱਲ ਕਰਦਾ, ਪਰ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਆਇਆ ਪੁਆਇੰਟ ਰੇਡਰ ਦਾ। ਇੱਕ ਵਾਰੀ ਤੁਸੀਂ ਕਬੱਡੀ ਨੂੰ ਪਸੰਦ ਕਰਦੇ ਹੋ ਜੀ? ਹਾਂਜੀ, ਬਹੁਤ ਪਸੰਦ ਕਰਦਾ, ਮੇਰੇ ਡੈਡੀ ਵੀ ਖੇਡਦੇ ਸੀ, ਮੇਰੇ ਤਾਇਆ ਸਾਰੇ ਖੇਡਦੇ ਸੀ ਤੇ ਫਿਰ ਮੈਂ ਵੀ, ਮੈਨੂੰ ਵੀ 5 ਸਾਲ ਹੋ ਗਏ ਖੇਡਦੇ ਨੂੰ।
ਤੁਸੀਂ ਕਿਹੜੀ ਟੀਮ ਦੇ ਨਾਲ ਖੇਡਦੇ ਹੋ ਇਸ ਸੀਜ਼ਨ ਵਿੱਚ? ਅਸੀਂ ਟੋਰਾਂਟੋ ਤੋਂ ਆਏ ਹਾਂ ਕੈਨੇਡਾ ਈਸਟ ਦੀ ਟੀਮ ਲੈ ਕੇ, ਅਤੇ ਸਾਨੂੰ ਕੈਲਡਸਾਂਜ ਲੈ ਕੇ ਆਏ ਆ ਕਿਡਜ਼ ਪਲੇ ਲਈ, ਅਤੇ ਸਾਰੇ ਕੋਸ ਉਹਨਾਂ ਨੇ ਕਵਰ ਕੀਤੇ ਆ, ਅਤੇ ਸਾਨੂੰ ਜਿੱਦਾਂ ਬਹੁਤ ਵਧੀਆ ਲੱਗਿਆ ਵੀ ਸਾਨੂੰ ਇੱਥੇ ਜਿੱਦਾਂ ਚਾਂਸ ਮਿਲਦਾ ਟੈਲੈਂਟ ਦਿਖਾਉਣ ਲਈ ਅਤੇ ਖੇਡਣ ਲਈ, ਬਿਕੋਜ਼ ਉੱਥੇ ਹੁਣ ਟੋਰਾਂਟੋ 'ਚ ਮੈਚ ਨਹੀਂ ਹੁੰਦੇ ਅਤੇ ਫਿਰ ਹੁਣ ਇੱਥੇ ਖੇਡਣ ਲਈ ਚਾਂਸ ਮਿਲਦਾ। ਜੇ ਹੁਣ ਤੁਸੀਂ ਮੈਂਸ਼ਨ ਕੀਤਾ ਕਿ ਤੁਸੀਂ ਟੋਰਾਂਟੋ ਤੋਂ ਆਏ ਹੋ, ਤੁਹਾਡਾ ਨਾਮ ਅਤੇ ਤੁਹਾਡੀ ਟੀਮ ਦਾ ਕੀ ਨਾਮ ਹੈ ਜੀ? ਮੇਰਾ ਨਾਮ ਅਰਜਨ ਸਹੋਤਾ, ਅਤੇ ਸਾਡੀ ਟੀਮ ਟੋਰਾਂਟੋ ਦੀ। ਅਸੀਂ ਦੋ ਸੈਪਰੇਟ ਟੀਮਾਂ ਤੋਂ ਆਏ ਹਾਂ, ਇੱਕ ਤਾਂ ਮਾਲ ਤਿੰਗ ਬਾਡੀ ਕੱਪ ਅਤੇ ਇੱਕ ਬਾਬਾ ਕਾਨਦਾਸ, ਅਸੀਂ ਮਿਕਸ ਕਰਕੇ ਆਏ ਹਾਂ ਟੀਮਾਂ। ਵੈਸੇ ਜਿਵੇਂ ਤੁਸੀਂ ਸਾਨੂੰ ਦੇਖ ਤਾਂ ਸੁਣ ਰਹੇ ਹੋ, ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਜਿਹੜੇ ਕਬੱਡੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ, ਤੁਹਾਨੂੰ ਕ੍ਰਿਕਟ ਦਾ ਪਤਾ, ਹਾਕੀ ਦਾ ਪਤਾ ਹੈਗਾ, ਫੁੱਟਬਾਲ ਦਾ ਪਤਾ ਹੈਗਾ, ਸੋਕਰ ਦਾ, ਕਬੱਡੀ ਦੇ ਵਿੱਚ ਕਿੰਨੇ ਹੁੰਦੀ ਹੈ ਜੀ ਮੈਂਬਰ ਟੀਮ ਦੀ? ਅੱਠ ਕੁ ਦਸ ਤਾਂ ਹੁੰਦੇ ਆ, ਅੱਠ ਤੋਂ ਲੈ ਕੇ ਦਸ ਤੱਕ ਹੁੰਦੇ ਆ, ਚਾਰ ਸਟੋਪਰ ਅਤੇ ਦੋ ਕੁ ਸਬਸਟੀਟਿਊਟ ਅਤੇ ਚਾਰ ਕ੍ਰੇਡਰ। ਅਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿੰਨੇ ਗਰਾਊਂਡ ਦੇ ਵਿੱਚ ਖੇਡ ਸਕਦੇ ਜੀ ਇੱਕ ਟਾਈਮ ਦੇ ਵਿੱਚ? 10 ਜਾਣੇ ਖੇਡ ਸਕਦੇ ਆ, ਅਤੇ 10 ਦੀ ਵਧੀਆ ਟੀਮ ਹੋ ਜਾਂਦੀ। ਸਾਨੂੰ ਜਿੱਦਾਂ ਸਾਰੀ ਪੂਰੀ ਟੀਮ ਜਿੱਦਾਂ ਸਪੋਂਸਰ ਹੋਈ ਆ, ਅਤੇ ਸਾਨੂੰ ਵਧੀਆ ਲੱਗਾ ਇੱਥੇ ਆਉਣ ਲਈ। ਅਰਜਨ ਜੀ, ਤੁਹਾਡੀ ਟੀਮ ਜਿਹੜੀ ਖੇਡ ਚੁੱਕੀ ਹੈ ਜਾਂ ਖੇਡਣੀ ਹੋ ਜੇ? ਅਸੀਂ ਇੱਕ ਮੈਚ ਖੇਡ ਲਿਆ ਸੀ ਸੈਮੀਫਾਈਨਲ 'ਚ, ਹੁਣ ਨੈਕਸਟ ਮੈਚ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਰਜਨ ਸਿੰਘ ਜੀ, ਔਰ ਤੁਸੀਂ ਦੇਖ ਰਹੇ ਹੋ ਕਿ ਓਨਟਾਰੀਓ ਦੀ ਟੀਮ ਪਹੁੰਚੀ ਹੋਈ ਹੈ ਸਾਡੇ ਨਾਲ, ਅਰਜਨ ਸਿੰਘ ਜੀ ਥੈਂਕ ਯੂ ਜੀ, ਥੈਂਕ ਯੂ। ਹਾਂਜੀ ਥੈਂਕ ਯੂ। ਸਾਡੇ ਨੈਸ਼ਨਲ ਕਬੱਡੀ ਫੈਡਰੇਸ਼ਨ ਵਾਲੇ ਵੀਰਾਂ ਦਾ ਧੰਨਵਾਦ ਹੈ, ਸਾਡੀ ਤਖੜ ਜੀ ਮਾਣ ਵਾਲੀ ਗੱਲ ਹੈ, ਸਾਡੇ ਬਹੁਤ ਸਤਿਕਾਰ ਦੋ ਜੋਤੀ ਸਮਰਾ ਜੀ, ਉਹਨਾਂ ਦਾ ਵਿਸ਼ੇਸ਼ ਸਨਮਾਨ ਸਨਮਾਨ ਕੀਤਾ ਜਾ ਰਿਹਾ ਹੈ, ਸਾਡੇ ਬਹੁਤ ਸਤਿਕਾਰਯੋਗ ਜੋਤੀ ਸਮਰਾ ਜੀ। ਦੇਸ਼ਾਂ ਦੇ ਵਿਦੇਸ਼ਾਂ 'ਚ ਪਸਾਰੇ ਜਿੰਨੇ ਪੈਰ ਕਿ ਜਦੋਂ ਦਾ ਵਿਸ਼ਵ ਕੱਪ ਹੋਣ ਲੱਗਿਆ ਦੁਨੀਆਂ ਪੂਰੀ ਜਗਈਆਂ, ਸ਼ਾਹ ਨਹੀਂ ਕਬੱਡੀਏ, ਭੱਲੇ ਨਹੀਂ ਕਬੱਡੀਏ, ਵਾਹ ਨਹੀਂ ਕਬੱਡੀਏ, ਭੱਲੇ ਨਹੀਂ ਕਬੱਡੀਏ, ਵਾਹ ਨਹੀਂ ਕਬੱਡੀਏ। ਪੁਆਇੰਟ ਢਾਵੀ ਰੇਸੇ ਜੁੜਦਾ ਆਇਆ, ਪੁਆਇੰਟ ਰੇਡਰ ਦਾ ਜਿਹੜੀ ਕਦੇ ਰੋੜਾਂ ਦੀ ਖੇਡ ਹੁੰਦੀ ਸੀ ਕਰੋੜਾਂ ਦੇ ਉੱਤੋਂ ਵੀ ਹੈ, ਜਿਹਨੇ ਕਦੇ ਕਸ਼ਤੇ ਬੁਲਾਉਣ ਤੇ ਟੱਬੀਆਂ ਮੁੱਲ ਹੁੰਦਾ ਸੀ, ਅੱਜ ਸਾਡੇ ਪ੍ਰਮੋਟਰ ਵੀਰਾਂ ਨੇ ਕਰੋੜਾਂ ਦੇ ਵਿੱਚ ਕਰਦੀ ਹੈ, ਪਲੇਅਰ ਮਹਿੰਗੇ ਮਹਿੰਗੇ ਮੁੱਲ ਦੇ ਵਿਕਦੇ ਹੈ। ਪੁਆਇੰਟ ਢਾਵੀ ਰੇਸੇ ਜੁੜਦਾ ਆਇਆ, ਪੁਆਇੰਟ ਰੇਡਰ ਦਾ ਚੱਲ ਗੁੱਬਗਾ ਪਾ ਕਬੱਡੀ, ਲਓ ਸਿਮਰਨ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਆਇਆ, ਕਿ ਗੁੰਦੇ ਪੱਟਾਂ ਦਾ ਇੰਜ ਕੇ ਹਰ ਤਰ੍ਹਾਂ ਦਾ ਇਕੱਠਾ, ਕਿਤੇ ਚੱਲੇ ਤਕਨੀਕ ਕਿਤੇ ਚੱਲਦਾ ਧੱਕਾ, ਕਿ ਕਰਦਾ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ। ਮੈਚ ਜਿਹੜਾ ਸੈਮੀਫਾਈਨਲ ਮੈਚ ਹੈ ਇੰਡੀਆ ਵਰਸਸ ਕਨੇਡਾ ਈਸਟ, ਸੈਮੀਫਾਈਨਲ ਮੈਚ ਇੰਡੀਆ ਵਰਸਸ ਕਨੇਡਾ ਈਸਟ ਦੀਆਂ ਟੀਮਾਂ ਨੂੰ ਬਿਨਤੀ ਹੈ, ਆ ਜਾਣ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਆ ਜਾਣ, ਪਹਿਲਾ ਸੈਮੀਫਾਈਨਲ। ਇਹਨਾਂ ਦੇ ਵਿੱਚੋਂ ਜਿਹੜੀ ਟੀਮ ਵਿਨਰ ਹੋਊਗੀ ਉਹ USA ਨਾਲ ਸੈਕਿੰਡ ਸੈਮੀਫਾਈਨਲ ਖੇਡੇਗੀ, ਇਹਨਾਂ ਟੀਮਾਂ ਦੇ ਵਿੱਚੋਂ ਜਿਹੜੀ ਟੀਮ ਵਿਨਰ ਹੋਵੇਗੀ ਉਹ USA ਨਾਲ ਸੈਕਿੰਡ ਸੈਮੀਫਾਈਨਲ ਖੇਡੇਗੀ। ਲਓ ਫਿਰ ਮੈਦਾਨ 'ਚ ਗੱਭਰੂ ਫਿਰ ਕਬੱਡੀ ਪਾਉਣ ਵਾਸਤੇ ਵੱਧ ਆਇਆ, ਸਿੱਧੂਆਂ ਦੇ ਪੁੱਤ ਦੀ ਪਈ ਹੋਈ ਕਬੱਡੀ, ਮੁੰਡੇ ਨੇ 2 ਨੰਬਰ ਤੋਂ ਲੱਕ ਨੂੰ ਲਪੇਟਾ ਮਾਰਿਆ, ਲੱਗਾ ਸੈਵੀ ਕਾਲਾ ਵਾਲਾ ਜੋਰ, ਵਾਹ ਨੌਜਵਾਨਾ, ਪੁਆਇੰਟ ਜਾਫੀ ਦਾ, ਪੁਆਇੰਟ ਜਾਫੀ ਦਾ। ਚੱਲੋ ਗੱਭਰੂ ਦਾ ਫਿਕਰ ਹੈ, ਸਾਰੇ ਵੀਰਾਂ ਦਾ ਧੰਨਵਾਦ, ਜਿੰਦੇ ਨੇ ਵੀਰ ਸਾਂਧੀ ਬ੍ਰਦਰ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਹਾਂਜੀ ਕਰਾਈਏ ਸ਼ੁਰੂ ਜੀ, ਪ੍ਰਧਾਨ ਜੀ ਕਰਾਈਏ ਸ਼ੁਰੂ। ਹਾਂਜੀ ਆਓ ਫਿਰ ਜੁੜਦੇ ਹਾਂ ਖੇਡ ਮੈਦਾਨ ਦੇ ਨਾਲ, ਤੇ ਕਬੱਡੀ ਸਾਹਮਣੇ ਸਿਮਰਨ ਸਿੱਖ ਸਰਦਾਰ ਗੱਭਰੂ ਕਬੱਡੀ ਪਾਉਣ ਦਾ ਲਿਆ, ਸਿੱਖ ਸਰਦਾਰ ਗੱਭਰੂ ਨੇ ਕਹਿੰਦੇ ਆ ਹਾਫ ਸਮੇਂ ਦੀ ਖੇਡ, ਹਾਫ ਸਮੇਂ ਤੋਂ ਬਾਅਦ ਸਿਰੇ ਦਾ ਮੈਚ, ਉਧਰ ਕਨੇਡਾ ਈਸਟ ਵਰਸਸ ਇੰਡੀਆ ਦੀਆਂ ਟੀਮਾਂ ਦੋਨੋਂ ਬਿਨਤੀ ਹੈ, ਉਹ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਵਿੱਚ ਆ ਜਾਣ, ਕਨੇਡਾ ਈਸਟ ਤੇ ਇੰਡੀਆ ਦੀਆਂ ਟੀਮਾਂ ਨੂੰ ਬਿਨਤੀ ਹੈ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਵਿੱਚ ਆ ਜਾਣ। ਚੱਲੋ ਗੱਭਰੂ ਪਾਕ ਵੱਡੀ ਖੇਡ ਮੈਦਾਨ 'ਚ ਮੁੰਡੇ ਨੇ ਧਰਤੀ ਮਾਤਾ ਨੂੰ ਮੱਥਾ ਟੇਕ ਕੇ ਐਨ ਚਾਰ ਦਰਸ਼ਕਾਂ ਨੂੰ ਸਤਿਕਾਰਾਂ ਕੀਤਾ, ਇਹ ਨੱਕ ਦੀ ਸੀਧ ਨੂੰ ਕਰਾ ਹੋਰ ਸਿੱਧੇ, ਚਾਰ ਦਰਸ਼ਕਾਂ ਦੀ ਘੁੰਮਦੀ ਚੈਨ, ਮੁੰਡਾ ਕਹਿੰਦੇ ਐਨ ਧੱਕੀ ਫਿਰਦਾ ਜਦੋਂ ਭਈਆ ਮਰੂਦਾਂ ਦੀ ਰੇਹੜੀ ਤੱਕ ਆਉਂਦਾ, ਤੇ ਪੁਆਇੰਟ ਕਹਿੰਦੇ ਢਾਵੀ ਦੇ ਸੇ ਜੁੜਦਾ ਆਇਆ, ਪੁਆਇੰਟ ਟਰੇਡਰ ਦਾ। ਚੱਲੋ ਗੱਭਰੂ ਦਾ ਪਾਕ ਦੀ ਕਬੱਡੀ ਲਓ, ਸਿਮਰਨ ਸਿੱਖ ਸਰਦਾਰ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਆਇਆ, ਲਗਾਤਾਰ ਕਬੱਡੀਆਂ ਪਾ ਰਿਹਾ ਮੁੰਡਾ, ਧੰਨਵਾਦ ਅੰਡਰ 25 ਵੱਡੇ ਫੈਸਲੇ ਕੀਤੇ ਹੈ, ਇਹ ਜਿਹੜੀ ਗੇਮ ਹੈ ਜਿਹੜਾ ਕੋਈ ਵੀ ਸਟਾਰ ਪਲੇਅਰਾਂ ਦੇ ਵਿੱਚ ਖੇਡਿਆ ਉਹਨੂੰ ਫਿੱਟ ਨਹੀਂ ਦਿੱਤਾ ਜਾਊਗਾ,
ਇਹ ਬੱਚਿਆਂ ਦੀ ਗੇਮ ਹੈ, ਬੱਚੇ ਹੀ ਖੇਡਣਗੇ। ਇਹਨਾਂ ਦੇ ਵਿੱਚੋਂ ਕਿਸੇ ਨੇ ਜਲਾਲ ਪ੍ਰੀਆ ਬਣਨਾ, ਕਿਸੇ ਨੇ ਸਰਦੀ ਪ੍ਰੀਆ ਗੋਪੀ ਵਾਂਗੂ ਜੱਫੇ ਲਾਉਣੇ ਦੇ, ਕਿਸੇ ਨੇ ਡੀ ਟੀ ਓ ਵਾਂਗੂ, ਕਿਸੇ ਨੇ ਮਾਖੜ ਸੰਧੂ ਵਾਂਗੂ, ਕਿਸੇ ਨੇ ਪਦਰੀ ਦੇ ਰਾਜੇ ਵਾਂਗੂ ਮਸ਼ਹੂਰ ਹੋਣਾ, ਕਿਸੇ ਨੇ ਗੋਪੀ ਬਾਸਰਕਿਆਂ ਵਾਂਗੂ ਵਾਲੋਂ ਮਸ਼ਹੂਰ ਹੋਣਾ। ਪਦਰੀ ਵਾਲੇ ਰਾਜੇ ਦੀ ਯਾਰੀ ਕਹਿੰਦੇ ਗੋਪੀ ਬਾਸਰਕਿਆਂ ਵਾਲੇ ਦੇ ਨਾਲ ਹੈ। ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਸਿੱਖ ਸਰਦਾਰ ਦੋ ਨੰਬਰ ਤੇ ਹਲਕ ਟੱਚ ਪੁਆਇੰਟ ਢਾਬੀ ਦੇ ਸੇ ਜੁੜਦਾ ਹੋਇਆ ਚਾਲੂ ਗੁੱਬਗਾ ਪਾ ਕਬੱਡੀ। ਜੇ ਨਭਾਉਣੀ ਨਹੀਂ ਆਉਣੀ ਲਾਇਓ ਨਾ ਕਿਸੇ ਨਾਲ ਯਾਰੀ, ਤੈਨੂੰ ਚੰਡੇ ਹੀ ਕੰਮ ਆਉਂਦੇ ਨੇ ਚੇਲਾ ਰੰਬਾ ਤੇ ਖਿਡਾਰੀ, ਤੈਨੂੰ ਚੰਡੇ ਹੀ ਕੰਮ ਆਉਂਦੇ ਨੇ ਚੇਲਾ ਰੰਬਾ ਤੇ ਖਿਡਾਰੀ। ਲਓ ਸਾਹਮਣੇ ਖੇਡ ਮੈਦਾਨ ਫਿਰ ਗੁਰਬੀਰ ਸਿੱਧੂ ਕਬੱਡੀ ਬਣ ਪਾਸੇ ਵਧਿਆ ਅਮਨ ਰਾਉਕੇ ਰਾਉਕੇ ਕਹਿੰਦੇ ਮੋਗੇ ਦੇ ਵਿੱਚ ਵਸਦਾ ਪਿੰਡ, ਰਾਉਕੇ ਵਾਲੇ ਅਮਨ ਨੇ ਕਹਿੰਦੇ ਰਾਉਕੇ ਪਿੰਡ ਮਸ਼ਹੂਰ ਕਰ ਦਿੱਤਾ ਲਾ ਦਹਾ ਤੇ ਪਾਰ ਕਹਿੰਦੇ ਜਾਫੀ ਦੇ ਸੇ ਜੁੜਦਾ ਹੋਇਆ ਕਿ ਲੱਗ ਗਿਆ ਜਫਾ ਤਾਂ ਵੀ ਗਿਆ ਡੱਕਿਆ ਚੜ ਗਿਆ ਚਾ ਜਿਨੇ ਜਿਨੇ ਟੱਕਿਆ ਕਿ ਚੜ ਗਿਆ ਚਾ ਜਿਨੇ ਜਿਨੇ ਟੱਕਿਆ। ਚੱਲ ਗੁਬਗਾ ਪਾਠ ਵੱਡੀ ਅਗਲੀਆਂ ਟੀਮਾਂ ਕੈਨੇਡਾ ਈਸਟ ਵਰਸ ਜੋ ਬੇਨਤੀ ਆ ਇੰਡੀਆ ਦੀਆਂ ਟੀਮਾਂ ਉਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਜਾ ਦਿਓ। ਜਿਹੜੀ ਟੀਮ ਇਹਨਾਂ ਤੋਂ ਜਿੱਤੂਗੀ ਉਹਦਾ ਟੰਬਾ ਕਹਿੰਦੇ ਮੁੜ ਕੇ ਯੂਐਸਏ ਨਾਲ ਖੜਕਣਾ, ਉਹਦਾ ਟੰਬਾ ਯੂਐਸਏ ਨਾਲ ਖੜਕਣਾ। ਜਿਹੜੀ ਟੀਮ ਇਹਨਾਂ ਦੇ ਵਿੱਚੋਂ ਜਿੱਤਦੀ ਹੈ ਉਹਦੀ ਮੁੜ ਕੇ ਜਿਹੜੀ ਡਾਂਗ ਹੈ ਉਹ ਯੂਐਸਏ ਨਾਲ ਖੜਕੂਗੀ। ਆਹ ਖੇਡ ਮੈਦਾਨ ਦੇ ਵਿੱਚ ਸਿਮਰਨ ਕਬੱਡੀ ਪਾਉਣ ਵਾਸਤੇ ਵਧਿਆ ਹੈ। ਫਤਿਹਗੜੀਏ ਕਾਕੇ ਦਾ ਪੁੱਤ ਵੀ ਕਹਿੰਦੇ ਕਬੱਡੀ ਦੇ ਸਟਾਰਾਂ ਦੇ ਵਿੱਚ ਆ ਗਿਆ। ਚਲੋ ਫਤਿਹਗੜੀਆ ਪਾ ਕਬੱਡੀ ਤੇ ਮਾਂ ਪਰ ਧੀ ਪਿਤਾ ਪਰ ਉਦਨ ਸਰ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ। ਆਹ ਮੁੰਡੇ ਕਹਿੰਦੇ ਕਾਕੇ ਫਤਿਹਗੜੀਏ ਦਾ ਸਬੁੱਤਰ ਹੈ ਜਿਹੜਾ ਹੁਣ ਕਬੱਡੀ ਪਾ ਰਿਹਾ। ਫਤਿਹਗੜੀਏ ਮੁੰਡੇ ਦੀ ਪਹੀ ਕਬੱਡੀ ਚਾਰ ਜਾਫੀ ਖੜੇ ਆ ਰਣਜੀਤ ਫਤਿਹਗੜੀਆ, ਰਣਜੀਤ ਫਤਿਹਗੜੀਏ ਦੇ ਬਾਪ ਨੇ ਤਕੜੀ ਕਬੱਡੀ ਖੇਡੀ। ਹੁਣ ਪੁੱਤ ਕਹਿੰਦੇ ਬਹਿਜਾ ਬਹਿਜਾ ਕਰਾਉਂਦਾ ਹੋਇਆ ਕੱਲਾ ਕੱਲਾ ਮਸਲ ਦੱਸਦਾ ਮੁੰਡੇ ਨੇ ਮਿਹਨਤ ਕੀਤੀ ਹੈ। ਖਬੇ ਖਬੇ ਦੇ ਪੱਟ ਹੈ ਕਿ ਚੱਕੀ ਦੇ ਉੱਪਰ ਵਰਗੀ ਛਾਤੀ ਜਗਰੇ ਬਾਰਡਰ ਨੇ ਜੂੜ ਜੂੜ ਕੇ ਹੰਧਿਆਂ ਨੂੰ ਕਰਦੇ ਟੱਚ ਬਾਰਡਰ ਨੇ ਸੀ ਬਲਵਿੰਦਰ ਫਿੱਟਾ ਘੋੜਾ ਲੰਮੀ ਪਾਰੀ ਦਾ ਨਾਲ ਸ਼ਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀ ਪੁਰਗਾ ਜੀ ਖਾਲੀ ਹੱਥ ਗੁਰਲਾਲ ਕਦੇ ਨੀ ਪਿੱਛੇ ਮੁੜਦਾ ਜੀ, ਖਾਲੀ ਹੱਥ ਗੁਰਲਾਲ ਕਦੇ ਨੀ ਪਿੱਛੇ ਮੁੜਦਾ ਜੀ। ਆਓ ਫਿਰ ਮੈਦਾਨ ਚ ਗਮਰੂ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਰੀਮਨ ਸੰਘਾ, ਰੀਮਨ ਸੰਘੇ ਦੀ ਪਈ ਹੋਈ ਕਬੱਡੀ ਹੈ ਕਿਉਂਕਿ ਯਾਦਵਿੰਦਰ ਸੰਘਾ ਖੇਡਿਆ ਕਬੱਡੀ ਤੇ ਕਬੱਡੀ ਨੇ ਸੰਘਾ ਪਿੰਡ ਮਸ਼ਹੂਰ ਕੀਤਾ। ਇੱਕ ਜੈਮਲ ਸੰਘੇ ਨੇ ਕਬੱਡੀ ਖੇਡੀ ਤੇ ਸੰਘਾ ਪਿੰਡ ਮਸ਼ਹੂਰ ਕਰ ਦਿੱਤਾ। ਚੱਲ ਗੁੱਬਗਾ ਪਾਗੜੀ ਕਬੱਡੀ ਤੇ ਡਬਲ ਡਬਲ ਤੀਜੀ ਕਬੱਡੀ ਨਹੀਂ ਪੈਣੀ, ਚੱਲ ਗੁੱਬਗਾ ਪਾ ਕਬੱਡੀ। ਸਾਡੇ ਬਹੁਤ ਸਤਿਕਾਰਯੋਗ ਹੈ ਰੂਪੀ ਧਾਰੀਵਾਲ ਜੀ, ਕਹਿੰਦੇ ਜੋ ਕਾਨੂੰਨ ਹੈ ਕਾਨੂੰਨ ਹੈ, ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ। ਚੱਲ ਗੁੱਬਗਾ ਪਾ ਕਬੱਡੀ ਸਿਰੇ ਦਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਜੇ ਖੇਡਣੀ ਹੋਵੇ ਕਬੱਡੀ ਤੋਂ ਤਾਂ ਡੇਰੀਆਂ ਨਹੀਂ ਪਾਈਦਾ, ਉਹ ਬਾਅਦ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ। ਗੇਟ ਹਾਰ ਜਿੱਤ ਧੁੱਪਾਂ ਦੀ ਸਹਿਣੀ ਪੈਂਦੀ ਮਾਰ ਮਿੱਤਰੋ, ਸੌਖੇ ਬਾਨਾ ਨੀ ਕਬੱਡੀ ਦੇ ਸਟਾਰ ਮਿੱਤਰੋ, ਸੌਖੇ ਬਾਨਾ ਨੀ ਕਬੱਡੀ ਦੇ ਸਟਾਰ ਮਿੱਤਰੋ, ਕਬੱਡੀ ਦੇ ਸਟਾਰ ਮਿੱਤਰੋ। ਪੁਆਇੰਟ ਢਾਬੀ ਦੇ ਸੇ ਜੁੜਦਾ ਹੈ ਉਧਰ 21 ਤਰੀਕ ਨੂੰ ਜਿਹੜੇ ਪਲੇਅਰ ਖੇਡਣੇ ਹੈ 16 ਸਾਲ ਦਾ ਅਰਸ਼ ਗੁਰਦੇਵ ਕਿਸ਼ਨਗਰੀ ਦਾ ਰਾਜੂ ਕੋਟਲਾ ਭੜੀ ਜੋਤਾ ਮਹਿਮਵਾਲ ਗੱਗੇ ਖੀਰਾਂ ਵਾਲੀ ਆ ਸੰਦੀਪ ਸੁਖਪੁਰੀ ਆ ਹੈਰੋ ਤੇ ਜੈਰੋ ਗੱਜਣ ਨਾਲ ਮੇਰਾ ਵੀਰ ਰਾਜਾ ਪੱਧਰੀ ਤੇ ਕਾਲਾ ਮੀਆਂ ਮਿੰਡ ਅਤੇ ਹੋਰ ਦੁਨੀਆਂ ਭਰ ਦੇ ਵੱਡੇ ਸਟਾਰ ਪੁੱਜਣਗੇ 21 ਤਰੀਕ ਨਾਲ ਲਾਹੌਰ ਦੇ ਖੇਡ ਮੈਦਾਨਾਂ ਦੇ ਵਿੱਚ। ਸਾਨੀ ਗਰੀਵਾਲ ਜੀ ਵੱਡੀਆਂ ਰੌਣਕਾਂ ਲੱਗਣੀਆਂ, ਨਾਲ ਕਰਮੀ ਸੰਘੇੜੇ ਨੇ ਵੀ ਪੁੱਜੇ ਹੈ। ਲਓ ਖੇਡ ਮੈਦਾਨ ਦੇ ਵਿੱਚ ਗੱਭਰੂ ਦੀ ਪਹਿਲੀ ਕਬੱਡੀ ਚਾਰ ਜਾਫੀ ਖੜੇ ਹੈ, ਉਹ ਮਾਰਦਾ ਪਰਦੇ ਥਾਪੀ ਦੇ ਜਿਹੜਾ ਪੁਆਇੰਟ ਹੈ ਉਹ ਢਾਬੀ ਦੇ ਸੇ ਜੁੜਦਾ ਹੈ। ਅੱਜ ਮੈਂ ਵੱਡਾ ਧੰਨਵਾਦ ਕਰਦਾ ਨਾ ਵੀਰਾਂ ਦਾ ਜਿਨ੍ਹਾਂ ਨੇ ਵੱਡੀਆਂ ਰਲਪਾਂ ਅੰਡਰ 25 ਦਾ ਵਰਲਡ ਕਬੱਡੀ ਕੱਪ ਕਰਾਇਆ, ਕਦੇ ਗੱਲ ਮੰਗੇ ਮਿੱਠੇ ਪੂਜੇ ਦੀ। ਕੈਨੇਡਾ ਈਸਟ ਤੇ ਇੰਡੀਆ ਦੀਆਂ ਟੀਮਾਂ ਨੂੰ ਗਿਣਤੀ ਹੈ, ਉਹ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਰਾਜ ਨੂੰ ਕੈਨੇਡਾ ਈਸਟ ਤੇ ਇੰਡੀਆ ਦੀਆਂ ਟੀਮਾਂ ਉਹ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦਾ ਹੱਥੇ ਰੱਖੋ ਨਾ ਦਿਨਾ ਹੱਥੇ ਰੱਖ ਹੱਥੇ ਰੱਖ ਭਾਬੀ ਮੇਰੀ ਗੁੱਤ ਕਰਦੇ ਨੀ ਮੇਰੇ ਨੱਚਦੀ ਦੇ ਭੁੱਲ ਗਏ ਬਾਹਰ ਉੱਠਗੜ ਹੁਣ ਤਾਂ ਗੋਡਿਆਂ ਪਰ ਨੇ ਬੈਠਾ ਜਿੰਨਾ ਪੰਚਕੂਲੇ ਉਹ ਬੈਠੀ ਕੌਣ ਹਣੀ ਬਰੀਤ ਹੈ ਜਦੋਂ ਬਾਬੇ ਨੂੰ ਕੈਦ ਹੋਈ ਨਾ ਉਦੋਂ ਇੱਦਾਂ ਗੋਡਿਆਂ ਪਰ ਨੇ ਬਹਿ। ਹੁਣ ਤਾਂ ਵੈਸੇ ਵੀ ਬਾਬੇ ਨੂੰ ਪੀਆਰ ਮਿਲ ਗਈ ਪੱਕੀ, ਸਰਾਰੀ ਅੱਡਿਆਂ 'ਚ ਪੱਕੀ ਪੀਆਰ ਮਿਲ ਗਈ। ਧੰਨਵਾਦ ਲਓ ਛੇੜਾ ਫੜੋ ਜਮਾ ਪੁਆਇੰਟ ਢਾਬੀ ਦੇ ਸੇ।